ਵੀ ਸਾਧੂ ਸਿੰਘ ਕੀ ਹਾਲ ਚਾਲ ਵਧੀਆ ਜੀ ਵਧੀਆ ਜੀ ਅੱਜ ਤਾਂ ਰੂਪ ਵੱਖਰਾ ਹੀ ਚੜਿਆ ਮਿੱਤਰ ਤੇ ਹਾਂ ਜੀ ਜੀ ਤੇ ਫਿਰ ਅੱਜ ਕਿਹੜਾ ਰੰਗ ਪੇਸ਼ ਕਰ ਰਹੇ ਮਿੱਤਰਾ ਪੰਜਾਬ ਦਾ ਫੋਕ ਜੱਗਾ ਗਾ ਰਹੇ ਜੀ ਕੀ ਬਾਤ ਹੈ ਜੀ ਚਲੋ ਫਿਰ ਵਧੀਆ ਪਰਫਾਰਮੈਂਸ ਦਿਓ ਜੀ ਜੀ ਬੈਸਟ ਵਿਸ਼ਸ ਚੱਕ ਦੇ ਜੱਗਿਆ ਫਿਰ ਸਿੱਧਾ ਜੱਜਿਸ ਕੋਲ ਚੱਲਦੇ ਹਾਂ ਕਿ ਉਹਨਾਂ ਨੂੰ ਇਹ ਜਗ੍ਹਾ ਕਿਹੋ ਜਿਹਾ ਲੱਗਿਆ ਰੋਸ਼ਨ ਬਾਈ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਜੀ ਬਹੁਤ ਅੱਛਾ ਪੰਜਾਬੀਅਤ ਝਲਕਦੀ ਸੀ ਇਹਦੇ 'ਚ ਅਣਖ ਝਲਕਦੀ ਸੀ ਤੁਹਾਡੀ ਆਵਾਜ਼ ਦੇ ਵਿੱਚ ਜਿਹੜੀ ਉਹ ਫਖਰ ਜਿਹਨੂੰ ਕਹਿੰਦੇ ਹੁੰਦੇ ਆ ਉਹ ਪੰਜਾਬ ਦਾ ਉਹ ਝਲਕਦਾ ਸੀ ਸੋ ਬਹੁਤ ਅੱਛਾ ਕੀਪ ਇਟ ਅਪ ਹੋਰ ਸੋਹਣਾ ਸੋਹਣਾ ਗਾਓ ਐਵੇਂ ਥੈਂਕ ਯੂ ਪਰਫਾਰਮੈਂਸ ਵੀ ਬਹੁਤ ਜ਼ਬਰਦਸਤ ਸੀ ਨੱਚਦੇ ਵੀ ਸੋਹਣਾ ਤੁਸੀਂ ਮਿਹਰਬਾਨੀ ਸਾਧੂ ਸਿੰਘ ਜੀ ਥੈਂਕ ਯੂ ਲਖਵਿੰਦਰ ਭਾਜੀ ਜੱਗਾ ਸੂਰਮਾ ਸੀ ਔਰ ਮੁਗਲਾਂ ਦੇ ਸਮੇਂ 'ਚ ਉਹ ਲੁੱਟਿਆ ਹੋਇਆ ਜਿਹੜਾ ਮਾਲ ਹੁੰਦਾ ਸੀਗਾ ਉਹ ਗਰੀਬਾਂ 'ਚ ਵੰਡਦਾ ਸੀ ਔਰ ਬੜੀ ਸਕੀਮ ਦੇ ਨਾਲ ਉਹਦੀ ਗਰਲਫ੍ਰੈਂਡ ਤੋਂ ਜੱਗੇ ਨੂੰ ਬੋਰਡ ਦੇ ਥੱਲੇ ਬੁਲਾ ਕੇ ਜੱਗੇ ਦੀ ਗਰਲਫ੍ਰੈਂਡ ਨੇ ਕਿਹਾ ਕਿ ਤੈਨੂੰ ਮੁੱਛ ਅਤੇ ਦਾੜੀ ਜਿਹੜੀ ਆ ਉਹ ਸੂਟ ਨਹੀਂ ਕਰਦੀ ਤੂੰ ਮਨਵਾ ਦੇ ਬੜੇ ਤਰੀਕੇ ਨਾਲ ਬੋਰਡ ਦੇ ਥੱਲੇ ਬੈਠਦੇ ਸੀ ਸ਼ੇਵ ਕਰਨ ਦੇ ਲਈ ਉਸ ਸਮੇਂ 'ਤੇ ਨਾਈ ਦੇ ਕੋਲੋਂ ਜਿਹੜਾ ਉਸ ਗਰਲਫ੍ਰੈਂਡ ਦਾ ਮਾਮਾ ਸੀ ਔਰ ਉਹਦੇ ਕੋਲੋਂ ਉਹਦੀ ਸਾਹ ਰੱਗ ਜਿਹੜੀ ਸੀ ਵਢਵਾ ਦਿੱਤੀ ਗਈ ਬੜੇ ਤਰੀਕੇ ਦੇ ਨਾਲ ਬੁਲਾ ਕੇ ਉਹਨੂੰ ਮਾਰ ਦਿੱਤਾ ਗਿਆ ਜੱਗਾ ਸੂਰਮਾ ਸੀ ਔਰ ਉਹਨਾਂ ਦੀਆਂ ਲੋਕ ਗਾਥਾਵਾਂ ਅੱਜ ਲੋਕ ਗਾਉਂਦੇ ਨੇ ਫਖਰ ਦੇ ਨਾਲ ਅਣਖ ਦੇ ਨਾਲ ਕਹਿੰਦੇ ਨੇ ਕਿ ਅਸੀਂ ਪੰਜਾਬੀ ਹਾਂ ਅਸੀਂ ਗੈਰਤਮੰਦ ਹਾਂ ਇਸ ਕਰਕੇ ਜੱਗਾ ਸੂਰਮਾ ਸੀ ਔਰ ਇਹਨੇ ਵੀ ਸੂਰਮਿਆਂ ਵਾਂਗੂ ਗਾਇਆ ਸਾਧੂ ਸਿੰਘ ਬਹੁਤ ਹੀ ਸੋਹਣੇ ਤਰੀਕੇ ਨਾਲ ਗਾਇਆ ਔਰ ਮੇਰੇ ਵੱਲੋਂ ਮੁਬਾਰਕਬਾਦ ਇੰਨੀ ਸੋਹਣੀ ਪਰਫਾਰਮੈਂਸ ਦੇ ਲਈ ਜਿਉਂਦੇ ਵਸਦੇ ਰਹੋ ਕੀ ਬਾਤ ਹੈ ਸ਼ੁਕਰੀਆ ਤੁਸੀਂ ਰੋਸ਼ਨੀ ਵੀ ਪਾਈ ਹੈਗੀ ਆ ਇਸ ਕਿੱਸੇ ਦੇ ਉੱਤੇ ਸਲੀਮ ਭਾਜੀ ਸਾਧੂ ਗਾਣੇ ਵਿੱਚ ਕੋਈ ਸ਼ੱਕ ਨਹੀਂ ਗਾਣਾ ਤਾਂ ਬਹੁਤ ਹੀ ਅੱਛਾ ਗਾਇਆ ਔਰ ਜਿਹੜਾ ਡਾਂਸ ਕੀਤਾ ਨਾ ਉਹ ਬਹੁਤ ਕਮਾਲ ਸੀ ਮੈਨੂੰ ਡਾਂਸ ਵੀ ਅੱਜ ਤੇਰਾ ਬਾ ਕਮਾਲ ਲੱਗਾ ਇੱਦਾਂ ਹੀ ਪਰਫੋਰਮੈਂਸ ਕਰੀ ਦੀ ਜਿਉਂਦਾ ਰਹੇ ਮਾਲਕ ਬਹੁਤ ਖੁਸ਼ੀਆਂ ਦੇਵੇ ਸਚਿਨ ਭਾਜੀ ਆਪਣੇ ਗਾਣੇ 'ਤੇ ਕਦੇ ਵੀ ਨਾ ਮਾਹੌਲ ਨੂੰ ਜਿਹੜੇ ਮਾਹੌਲ 'ਚ ਤੁਸੀਂ ਹੁੰਦੇ ਹੋ ਉਹ ਹਾਵੀ ਨਹੀਂ ਹੋਣ ਦੇਣਾ ਹਮੇਸ਼ਾ ਇੱਦਾਂ ਹੀ ਰਹੋਗੇ ਜੀ ਕਿ ਉਹਨੇ ਇਹ ਕਹਿਤਾ ਉਹਨੇ ਉਹ ਕਹਿਤਾ ਉਹਨੇ ਇੱਦਾਂ ਕਰਤਾ ਉਹਨੇ ਵਧੀਆ ਗਾਤਾ ਮੈਂ ਮਾੜਾ ਗਾਤਾ ਉਹਨੇ ਇੱਦਾਂ ਕਰਤਾ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਰਹੋ ਹਮੇਸ਼ਾ ਔਰ ਆਪਣੇ ਗਾਣੇ 'ਤੇ ਫੋਕਸ ਕਰੋ ਜਿੱਦਾਂ ਦਾ ਤੁਹਾਡਾ ਫੋਕਸ ਬਣਿਆ ਹੋਇਆ ਜੀ ਇਸ ਫੋਕਸ ਨੂੰ ਹਿੱਲਣ ਨਹੀਂ ਦੇਣਾ ਇੱਦਾਂ ਹੀ ਰਹੋ ਹਮੇਸ਼ਾ ਗੋਡ ਬਲੈਸ ਯੂ ਥੈਂਕ ਯੂ ਜੀ ਹੁਣ ਕਮੈਂਟਸ ਤਾਂ ਮਿਲ ਗਏ ਨੇ ਅਤੇ ਹਜੇ ਉਹ ਵੀ ਪੁੱਛ ਲਈ ਆਪਾਂ ਕਿੱਧਰ ਜਾਣਾ ਹਾਂਜੀ 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 ਜੱਜਿਸ ਇਹ ਤਾਂ ਪਹਿਲਾਂ ਮੈਂ ਕੀਤਾ
ਭੰਬੜ ਭੂਸੇ ਚ ਪਾਤਾ ਤੁਸੀਂ? ਭਾਜੀ ਮੈਂ ਨਹੀਂ, ਮੈਂ ਕੀਤਾ ਗੁਰਜੀਤ। ਸਾਧੂ ਸਿੰਘ ਮੇਰੀ ਟੀਮ ਚ ਮੋਸਟ ਵੈਲਕਮ। ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਮੁਬਾਰਕਾਂ, ਤੁਸੀਂ ਲਖਵਿੰਦਰ ਭਾਈ ਦੀ ਟੀਮ ਅਲਾਪ ਦੇ ਵਿੱਚ ਚੁਣੇ ਗਏ ਹੋ, ਸੋ ਬਹੁਤ ਬਹੁਤ ਮੁਬਾਰਕਾਂ। ਜ਼ੋਰਦਾਰ ਤਾੜੀਆਂ ਹੋ ਜਾਣ ਸਾਧੂ ਸਿੰਘ ਲਈ ਬਈ।